ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਿੱਤਰ ਗੋਦ ਅੰਦਰ ਅਤੇ ਉਹਨਾਂ ਮਹਾਨ ਯੋਧਿਆਂ ਦੀ ਯਾਦ ਅੰਦਰ ਜੁੜ ਬੈਠੀ ਸਾਧ ਸੰਗਤ, ਰੋਮ ਰੋਮ ਕਰਕੇ ਤੁਹਾਡਾ ਧੰਨਵਾਦ ਕਰਦਾ ਮੈਂ। ਕਿਸੇ ਪਾਸਿਓਂ ਕਿਸੇ ਗੱਲ ਦੀ ਉੱਚੀ ਆਵਾਜ਼ ਨਹੀਂ ਆਈ, ਭੈਣਾਂ ਵੱਲੋਂ ਕੋਈ ਆਵਾਜ਼ ਨਹੀਂ ਆਈ, ਔਰ ਸਵੇਰ ਤੋਂ ਚੌਂਕੜੇ ਮਾਰ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਿਆਰ ਨੂੰ ਕਬੂਲਦਿਆਂ ਮੈਂ 30 ਤਰੀਕ ਦੀ ਮੀਟਿੰਗ ਵਿੱਚ ਵੀ ਇਹ ਵਚਨ ਕਰਿਆ ਸੀ ਕਿ ਜੋ ਪਿਆਰ ਦੀ ਚੁੰਬਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਿਤਾ ਭਿੰਡਰਾਂ ਵਾਲਿਆਂ ਕੋਲ ਹੈ, ਹੋ ਸਕਦਾ ਹੈ ਕਿ ਹੋਰ ਸਿੱਖ ਜਗਤ ਦੇ ਸੰਤ ਪਾਸ ਨਾ ਹੋਵੇ। ਹੁਣ ਮੈਂ ਬੇਨਤੀ ਕਰਾਂ, ਮੈਂ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲਿਆ ਇੱਕੋ ਬਚਨ ਕਹਿ ਕੇ ਸਮਾਪਤੀ ਕਰ ਦੇਵਾਂਗਾ। ਨਾਨਕਨ ਵਾਸਤੇ ਮਹਾਂਪੁਰਖ ਬਿਰਾਜਮਾਨ ਸਨ, ਕਿਉਂਕਿ ਸੰਗਤ ਕਰਨ ਦਾ ਸਮਾਂ ਬਣ ਜਾਂਦਾ ਸੀ। ਸਾਡੇ ਨਗਰ ਦਾ ਨੌਜਵਾਨ ਭਾਈ ਅਮਰੀਕ ਸਿੰਘ ਸ਼ਹੀਦ ਹੋਇਆ ਸੀ ਔਰ ਮਹਾਂਪੁਰਖ ਪਲੰਗ 'ਤੇ ਬਿਰਾਜਮਾਨ ਸਨ, ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਥੱਲੇ ਉੱਤੇ ਬਿਰਾਜਮਾਨ ਸਨ। ਅਰਦਾਸ ਹੋ ਰਹੀ ਸੀ, ਮਹਾਂਪੁਰਖ ਪਲੰਘੇ ਤੋਂ ਉੱਠੇ, ਅਰਦਾਸ ਸਰਵਣ ਕੀਤੀ। ਅਰਦਾਸ ਤੋਂ ਉਪਰੰਤ ਜਦੋਂ ਬੈਠ ਕੇ ਉਹਨਾਂ ਨੇ ਸਾਰੀ ਸੰਗਤ ਨੂੰ ਕੋਲ ਸੱਦ ਕੇ ਇੱਕ ਐਸਾ ਪਿਆਰ ਦਾ ਬਚਨ ਕਿਹਾ, ਹੋ ਸਕਦਾ ਤੁਸੀਂ ਪਹਿਲੀ ਵਾਰ ਸੁਣਿਆ ਹੋਵੇ। ਕਹਿਣ ਲੱਗੇ, ਗੁਰੂ ਖਾਲਸਾ ਜੀ, ਤੁਸੀਂ ਅਰਦਾਸ ਚੁਣੇ ਸੁਣਿਆ ਹੈ, ਚਾਰ ਪੈਰ ਦਿਨ ਤੇਰੇ ਭਾਣੇ 'ਚ ਗੁਜ਼ਰਿਆ, ਚਾਰ ਪੈਰ ਰਹਿਣ ਸਤਿਗੁਰੂ ਜੀ ਤੇਰੇ ਭਾਣੇ 'ਚ ਗੁਜ਼ਰੀ, ਪਰ ਗੁਰੂ ਖਾਲਸਾ ਜੀ ਇਹ ਸਾਡੇ 'ਤੇ ਨਹੀਂ ਢੁਕਦੀਆਂ ਪੰਕਤੀਆਂ। ਮੈਂ ਅਰਦਾਸ ਕਰਦਾ ਕਿ ਅਸੀਂ ਇਹਨਾਂ ਪੰਕਤੀਆਂ ਨਾਲ ਜੁੜ ਜਾਈਏ। ਇਹ ਪੰਕਤੀਆਂ ਉਹਨਾਂ ਮਾਵਾਂ ਨਾਲ ਜੁੜਦੀਆਂ ਨੇ, ਉਹਨਾਂ ਭੈਣਾਂ ਨਾਲ ਜੁੜਦੀਆਂ ਨੇ, ਜਿਨ੍ਹਾਂ ਮੀਰ ਮਨੂ ਦੀ ਜੇਲ੍ਹ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਸੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪਵਾਏ, ਨੇਜਿਆਂ 'ਤੇ ਟੰਗੇ ਗਏ ਅਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਚਾਰ ਪੈਰ ਰਹਿਣ, ਚਾਰ ਪੈਰ ਦਿਨ ਤੇਰੇ ਭਾਣੇ 'ਚ ਗੁਜ਼ਰੇ। ਇਹ ਉਹਨਾਂ ਭੈਣਾਂ ਦੀ ਅਰਦਾਸ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਗੁਰੂ ਖਾਲਸਾ ਜੀ ਅੱਜ ਉਹਨਾਂ ਸ਼ਹੀਦਾਂ ਦੇ ਵਿਹੜੇ ਅੰਦਰ ਦੂਰਾਂ ਦੂਰਾਂ ਤੋਂ ਸਮੁੱਚਾ ਸੰਤ ਸਮਾਜ, ਨਿਰਮਲ ਅਖਾੜੇ, ਉਦਾਸੀਨ ਅਖਾੜੇ, ਗੁਰੂ ਕੀਆਂ ਲਾਡਲੀਆਂ ਫੌਜਾਂ ਅਤੇ ਸਮੁੱਚਾ ਸੰਤ ਸਮਾਜ ਮਾਝੇ ਦਾ ਇੱਥੇ ਇਕੱਠਾ ਹੈ, ਜਿਹਦੇ ਵਿੱਚ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣ ਕੇ, ਬਾਬਾ ਵੀਰ ਸਿੰਘ ਜੀ, ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਸਾਹਿਬ, ਬਾਬਾ ਨਵਤੇਜ ਸਿੰਘ ਜੀ ਚੇਲਿਆਣਾ, ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ, ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ, ਜੋ ਅੰਮ੍ਰਿਤ ਵੇਲੇ ਤੋਂ ਗੁਰੂ ਕੇ ਲੰਗਰਾਂ ਵਿੱਚ ਰਾਤ ਦਿਨ ਉਹਨਾਂ ਨੇ ਇੱਕ ਕੀਤੀ ਹੋਈ ਹੈ। ਮੈਂ ਇੱਥੇ ਹੀ ਸਮਾਪਤੀ ਕਰਦਾ ਅਤੇ ਅਰਦਾਸ ਕਰਦਾ ਹਾਂ, ਸੱਚੇ ਪਾਤਸ਼ਾਹ ਰੇਨ ਪਗ ਸਾਧਾਂ ਵਾਲੀ ਪੰਕਤੀ ਸਾਨੂੰ ਨਸੀਬ ਹੋਵੇ ਔਰ ਇਹ ਸ਼ਹੀਦਾਂ ਦੇ ਵਿਹੜੇ 'ਚੋਂ ਐਸੀ ਚਰਨ ਧੂੜ ਪ੍ਰਾਪਤ ਕਰੀਏ। ਔਰ ਅਖੀਰ ਵਿੱਚ ਸੰਪਰਦਾ ਹਰਖੋਵਾਲ ਵਾਲਿਆਂ ਵੱਲੋਂ ਮੈਂ ਸਮੁੱਚੇ ਸਿੱਖ ਜਗਤ ਵੱਲੋਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਆਪਣਾ ਸੀਸ ਨਵਾਉਂਦਾ ਹਾਂ। ਬੋਲਿਆ ਚੱਲਿਆ ਮਾਪ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਸੰਤ ਬਾਬਾ ਗੁਰਭੇਜ ਸਿੰਘ ਜੀ ਖਜਾਲੇ ਵਾਲੇ, ਮੁੱਖ ਬੁਲਾਰੇ ਸੰਤ ਸਮਾਜ, ਉਹਨਾਂ ਕੋਲੋਂ ਸੀਮਿਤ ਸਮੇਂ ਵਿੱਚ ਆਪ ਜੀ ਨੇ ਵਿਚਾਰ ਸਰਵਣ ਕੀਤੇ। ਸਤਿਕਾਰ ਸਹਿਤ ਬੇਨਤੀ ਹੈ, ਸੰਤ ਬਾਬਾ ਗੁਰਨਾਮ ਸਿੰਘ ਜੀ ਭਾਈ ਕੀ ਡਰੋਲੀ ਵਾਲੇ 2 ਮਿੰਟ ਦੀ ਹਾਜ਼ਰੀ ਸੰਗਤਾਂ ਦੇ ਸਨਮੁੱਖ ਭਰਨਗੇ। ਇਹਨਾਂ ਤੋਂ ਉਪਰੰਤ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਉਹ ਸੰਗਤਾਂ ਦੇ ਸਨਮੁੱਖ ਹੋਣਗੇ। ਬੇਨਤੀ ਹੈ, ਇੱਕ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਤੋਂ ਵਿਛੜਿਆ ਹੋਇਆ ਰੋ ਰਿਹਾ ਸਟੇਜ ਦੇ ਪਾਸ ਹੈ, ਭਾਈ ਇਹ ਜਿਸ ਦਾ ਵੀ ਬੱਚਾ ਹੋਵੇ ਜਲਦੀ ਸਟੇਜ ਪਾਸ ਪਹੁੰਚੋ।
आओ महापुरख संत गुरु नाम सिंह जी भाई की डरोदी वाले पासों आप दो मिनट बचन सरवण करिए। वाहिगुरु जी का खालसा वाहिगुरु जी की फतेह। हलत पलत राखे